ਇਹਨਾਂ ਦੇ ਰਾਮ ਸਕੂਨ ਵਾਸਤੇ ਨਾ ਬੈੱਡ ਬਣਾਏ ਨੇ ਤੇ ਇੱਥੇ ਰੇਤ ਸੱਟੀ ਅਸਾਂ ਇੱਥੇ ਅਰਗਾਂ ਵਾਲੀ ਨਾਲ ਕੇ ਆਪਣੀ ਤਰਤੀਬ ਨਾਲ ਬਹਿ ਜਾਂਦੀ ਸਕੂਨ ਹੈ। ਅਸਲਾਮ ਅਲੈਕੁਮ ਮੇਰੇ ਪਿਆਰੇ ਦੋਸਤੋ, ਆਏ ਅਸਾਂ ਤੁਹਾਨੂੰ ਵਿਜ਼ਿਟ ਕਰਾਉਂਦੇ ਹਾਂ ਆਪਣੇ ਇੱਕ ਦੋਸਤ ਦਾ ਜਿਹਨੇ ਤਕਰੀਬਨ 30-35 ਗਾਵਾਂ ਰੱਖੀਆਂ ਨੇ। ਇਹ ਕਾਫ਼ੀ ਜਦੀਦ ਤਰੀਕੇ ਨਾਲ ਨੇ, ਲੇਕਿਨ ਹੁਣ ਸਾਵਣ ਭਾਦਰਾ ਪੰਜਾਬੀ ਤੁਹਾਨੂੰ ਪਤਾ ਮੌਸਮ ਲੱਗੇ ਹੈ ਅਤੇ ਥੋੜ੍ਹਾ ਜਿਹਾ ਇਸ ਤਰ੍ਹਾਂ ਨਾਲ ਡਿਸਟਰਬ ਹੋਏਗਾ। ਅਤੇ ਮਾਸ਼ਾਅੱਲਾ ਸਾਰੀਆਂ ਗਾਵਾਂ ਵੇਖ ਲਓ ਸੌਖੀਆਂ ਅਤੇ ਚੰਗੇ ਦੁੱਧ ਵਾਲੀਆਂ। ਅਤੇ ਭਾਈ ਅੱਗੂ ਸ਼ੂਟ ਕਰ ਲੈਂਦੇ ਆਪਣੇ ਧਿਆਨ ਨਾਲ, ਅਤੇ ਉਸ ਤੋਂ ਬਾਅਦ ਕਾਫ਼ੀ ਅੱਛਾ ਕੰਮ ਹੈ। ਇਹਨਾਂ ਨੇ ਆਪਣੀ ਦੁਕਾਨ ਆਪੂ ਦੁੱਧ ਵਾਲੀ ਪਾਈ ਹੈ, ਸਾਰਾ ਦੁੱਧ ਉੱਥੇ ਹੀ ਇਹਨਾਂ ਦਾ ਸੇਲ ਹੋ ਜਾਂਦਾ, ਕਿਸੇ ਨਾਲ ਚੂੰ ਚਾਣ ਵਾਲੀ ਗੱਲ ਹੀ ਨਹੀਂ। ਬੱਚੇ ਇੱਕ ਸਾਈਡ 'ਤੇ ਰੱਖੇ ਨੇ। ਵਾਹ ਨਾ ਬੱਚੇ, ਚਵਾਈ ਕਿਸ ਤਰ੍ਹਾਂ ਕਰਦੇ? ਚਵਾਈ ਇਹ ਮਸ਼ੀਨਾਂ ਰੱਖੀਆਂ ਨੇ, ਕਿਉਂਕਿ ਗਾਵਾਂ ਇੰਨੀਆਂ ਨੇ, ਦੁੱਧ ਮਸ਼ੀਨਾਂ ਜ਼ਿਆਦਾ ਦਿੰਦੀਆਂ ਨੇ ਅਤੇ ਇਹਨਾਂ ਕੋਲ ਆਪੂ ਚੋਣਾ ਮੁਸ਼ਕਲ ਹੋਏਗਾ। ਥੋੜੇ ਜਿਹੇ ਵੱਲ ਹੁੰਦੇ ਨੇ ਤੇ ਉਧਰ ਉੱਪਰਲੇ ਸਾਈਡ ਤੇ ਨਾ ਸੜਦੇ ਨੇ ਮੱਛੀਆਂ। ਇਹ ਵੱਛੀਆਂ ਨੇ ਸਾਰੀ? ਇਹ ਵੱਛੀਆਂ ਨੇ ਜੀ। ਤੇ ਇਹ ਵੱਛੇ ਨੇ ਕੁਰਬਾਨੀ ਵਾਸਤੇ ਰੱਖੇ ਨੇ। ਬੈੱਡ ਬਣਾਏ ਨੇ ਤੇ ਇੱਥੇ ਰੇਤ ਸੱਟੀ ਅਸਾਂ ਇੱਥੇ ਅਰਗਾਂ ਵਾਲੀ ਨਾਲ ਕੇ ਆਪਣੀ ਤਰਤੀਬ ਨਾਲ ਬਹਿ ਜਾਂਦੀ ਸਕੂਨ ਹੈ। ਇਹ ਦੋ ਪਾਸੇ ਬਣਾਏ ਨੇ ਤੇ ਫੁਹਾਰੇ ਚਲਾਏ ਨੇ ਤੇ ਇੱਥੇ ਨੇ ਪਾਸੇ ਉੱਤੇ ਪੱਖੇ ਲਾਏ ਨੇ ਤੇ ਇਹਦੇ ਥੱਲੇ ਗਨ ਬੰਦ ਹੁੰਦਾ, ਲੇਕਿਨ ਅਜੇ ਟਾਈਮ ਨਹੀਂ ਲੱਗਦਾ ਪਿਆ ਤੇ ਅੱਗੇ ਦੇ ਨਿਕਲੇ ਨੇ। ਸਫਾਈ ਬੜੀ ਦੇ ਸਾਫ਼ ਸੁਥਰੀ ਹੁੰਦੀ ਹੈ। ਇਹ ਸਰ ਜੀ ਸੈੱਲ ਚ ਬਣਾਏ ਨੇ ਤੇ ਇਹ ਸੈੱਲ ਖਤਮ ਹੋ ਗਿਆ, ਬਾਰਿਸ਼ਾਂ ਬੜੀਆਂ ਜ਼ਿਆਦਾ ਵੀ ਹੁੰਦੀਆਂ ਨੇ ਤੇ ਹੁਣ ਪਰਲੇ ਨੂੰ ਸ਼ੁਰੂ ਕਰਨਾ ਹੈ। ਬੜਾ ਬਿਹਤਰੀਨ ਕੰਮ ਨੇ, ਤੁਸੀਂ ਸਾਰੇ ਵੀ ਕੋਸ਼ਿਸ਼ ਕਰੋ। ਘੋੜਾ ਜਿਹਨੂੰ ਸੰਗਤ ਨੇ ਪੰਜਾਬੀ ਵਿੱਚ ਛੁੱਟਿਆ ਖਾ ਕੇ ਪੁੱਤ। ਇਹ ਬੱਚੀਆਂ ਬਿਲਕੁਲ ਤਿਆਰ ਹੋਣ ਵਾਲੀਆਂ ਨੇ ਜਿਹੜੇ ਲੱਗ ਗਈਆਂ ਨੇ, ਇਹ ਵੀ ਵੱਡੀਆਂ ਦੇ ਨਾਲ ਇੱਧਰ ਮੈਂ ਸੈਰ ਸਿੱਟਣ ਦਿੱਤੇ। ਸਹੀ ਹੈ ਸਰ, ਇਹ ਵੀ ਆਸਟ੍ਰੇਲੀਅਨ ਹੈ ਜੇ ਜੇ ਕਿ ਐਸੇ ਲੈ ਜਾ। ਤੇ ਇੱਥੇ ਕੀ ਆਇਆ ਪਹਿਲਾਂ? ਇਹ ਤਾਂ ਬੱਚੀ ਮੂਵੀ ਹੈ ਨਾ, ਪੂਰਾ ਸੀਜ਼ਨ ਲਾ ਲਿਆ ਨੇ। ਗੋਰੀ ਆਖਦੇ ਗੋਰੀ ਕਹਿ ਕੇ। ਦੁੱਧ ਕਿੰਨਾ ਦਿੰਦੀ? ਐਸਾ ਜੀ ਦੁੱਧ ਤਕਰੀਬਨ ਦਿੰਦੀ ਜੇ 35 ਕਿਲੋ ਦੁੱਧ ਦੇ ਸਕਦੀ ਹੈ ਬੰਦਾ, ਜੇ ਬੈਗ ਵਿੱਚ 40-35 ਕੁ ਦੇ ਦਿੰਦੀ। ਪੂਰੀ ਤਸੱਲੀ ਨਾਲ ਖੜਦੇ ਨੇ, ਬੜੇ ਵੱਧ ਨੇ ਬਿਲਕੁਲ।